ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਟਰੈਵਲਰ ਕਿਕਸ 'ਤੇ ਤੁਹਾਡਾ ਸਵਾਗਤ ਹੈ। ਲਓ ਜੀ, ਆਪਾਂ ਪਹੁੰਚ ਚੁੱਕੇ ਹਾਂ ਨੁਮੀ, ਅਤੇ ਨੁਮੀ ਦਾ ਬਾਹਰੋਂ ਜਿਹੜਾ ਵਿਊ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਅਤੇ ਜੇ ਮੈਂ ਦੱਸਾਂ ਵੀ ਨੁਮੀ ਕਿੱਥੇ ਹੈ, ਤਾਂ ਨੁਮੀ ਹੈਗਾ ਲਾਡੋ ਵਾਲੀ ਰੋਡ 'ਤੇ। ਜਦੋਂ ਆਪਾਂ ਲੁਧਿਆਣੇ ਵਾਲੀਆਂ ਨਹਿਰਾਂ ਨੂੰ, ਸਾਊਥ ਸਿਟੀ ਨੂੰ ਕ੍ਰੋਸ ਕਰਦੇ ਹੋਏ ਲਾਡੋ ਵਾਲੀ ਰੋਡ ਨੂੰ ਜਾਵਾਂਗੇ ਅੱਗੇ ਜਲੰਧਰ ਬਾਈਪਾਸ ਵੱਲ ਨੂੰ, ਤਾਂ ਨੁਮੀ ਉੱਥੇ ਲੋਕੇਟਡ ਆ। ਅਤੇ ਮੈਨੂੰ ਪਤਾ ਲੱਗਾ ਸੀ ਵੀ ਨੁਮੀ ਬਹੁਤ ਹੀ ਘੈਂਟ ਕੈਫੇ ਆ, ਅਤੇ ਆ ਜਾਓ ਆਪਾਂ ਕਰ ਲਈ ਐਂਟਰੀ, ਅਤੇ ਮੈਂ ਤੁਹਾਡੇ ਨਾਲ ਕਰਦਾ ਇੱਥੋਂ ਦੇ ਵਿਊ ਸ਼ੇਅਰ। ਆਈ ਹੋਪ ਸੋ, ਮੈਨੂੰ ਪੂਰੀ ਉਮੀਦ ਆ ਵੀ ਤੁਹਾਨੂੰ ਇਹਦੇ ਵਿਊ ਬਹੁਤ ਪਸੰਦ ਆਉਣਗੇ। ਅਤੇ ਜਿਵੇਂ ਕਿ ਆਪਣਾ ਪਹਿਲਾ ਵਿਊ ਤੁਹਾਡੇ ਸਾਹਮਣੇ ਪੇਸ਼ ਆ, ਕਿਆ ਬਾਤ ਆ, ਕੈਨਾਲ ਰੋਡ ਦਾ ਬਹੁਤ ਹੀ ਉੱਚੀ ਲੋਕੇਸ਼ਨ 'ਤੇ ਹੈਗਾ ਅਤੇ ਬਹੁਤ ਹੀ ਘੈਂਟ ਆ। ਆ ਜਾਓ ਆਪਾਂ ਅੱਗੇ ਵੱਧਦੇ ਹਾਂ, ਤੁਹਾਨੂੰ ਹੋਰ ਵੀ ਵਿਊ ਦਿਖਾਉਂਦੇ ਹਾਂ ਜਿਹੜੇ ਕਿ ਬਾਹਰ ਦੇ ਦੀਵਾਨੇ ਆ, ਬਾਹਰ ਉਹਨਾਂ ਨੂੰ ਦਿਖਾਉਂਦੇ ਹਾਂ, ਅਤੇ ਉਸ ਤੋਂ ਬਾਅਦ ਜਿਹੜੇ ਇਨਡੋਰ ਮਾਹੌਲ ਪਸੰਦ ਕਰਦੇ ਉਹ ਵੀ ਦਿਖਾਵਾਂਗੇ। ਅਤੇ ਫਿਲਹਾਲ ਆਪਾਂ ਤੁਹਾਨੂੰ ਪਹਿਲਾਂ ਆਊਟਡੋਰ ਸਿਟਿੰਗ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਦੇਖੋ, ਜੇ ਫਰਨੀਚਰ ਦੀ ਗੱਲ ਕਰਦੇ ਹਾਂ ਤਾਂ ਬਹੁਤ ਹੀ ਵਧੀਆ, ਬਹੁਤ ਹੀ ਪਿਆਰਾ ਫਰਨੀਚਰ ਹੈਗਾ। ਅਤੇ ਸਭ ਤੋਂ ਘੈਂਟ ਜਿਹੜੀ ਆਪਣੀ ਸਿਟਿੰਗ ਪਲੈਨ ਦੀ ਗੱਲ ਕਰਦੇ ਹਾਂ ਤਾਂ ਉਹ ਇਹ ਝੋਪੜੀ ਦੇ ਵਿੱਚ ਆ, ਇੱਥੇ ਬਣਿਆ ਹੋਇਆ। ਅਤੇ ਇੱਥੋਂ ਦਾ ਜਿਹੜਾ ਵਿਊ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿ ਕਨਾਲ ਰੋਡ ਦਾ ਕਿੰਨਾ ਘੈਂਟ ਮਾਹੌਲ ਬਣਿਆ ਹੋਇਆ, ਬਹੁਤ ਵਧੀਆ। ਸਭ ਤੋਂ ਵਧੀਆ ਗੱਲ, ਕਲਰ ਕੋਂਬੀਨੇਸ਼ਨ ਬਹੁਤ ਵਧੀਆ ਹੈਗਾ, ਅਤੇ ਵੁਡਨ ਟੱਚ ਦਿੱਤਾ ਹੋਇਆ, ਬਾਕੀ ਕੰਧਾਂ ਨੂੰ ਜਿਵੇਂ ਪੱਥਰ ਦਾ ਟੱਚ ਦਿੱਤਾ ਹੋਇਆ, ਬਹੁਤ ਵਧੀਆ। ਤੁਸੀਂ ਕਹਿ ਲਓ ਵੀ ਇੱਕ ਮੈਨੂੰ ਜਿਵੇਂ ਵੇਖਣ ਨੂੰ ਇਹ ਲੱਗ ਰਿਹਾ, ਵੈਸੇ ਤਾਂ ਇਹ ਜੈਪਨੀਜ਼ ਚੇਨ ਤੁਸੀਂ ਕਹਿ ਸਕਦੇ ਹੋਗੇ, ਬਟ ਯੂਰਪੀਅਨ ਸਟਾਈਲ ਦੇ ਵਿੱਚ ਬਣੀ ਹੋਈ ਆ। ਜਿਵੇਂ ਹੁਣ ਗਰਮੀਆਂ ਆ ਰਹੀਆਂ ਅੱਗੇ, ਤਾਂ ਉਹਦੇ ਵਿੱਚ ਆਪਣੇ ਤੋਂ ਬਾਹਰ ਜ਼ਿਆਦਾ ਟਾਈਮ ਨਹੀਂ ਬੈਠਿਆ ਜਾਊ, ਅਤੇ ਉਹਦੇ ਲਈ ਤੁਸੀਂ ਇਨਡੋਰ ਜਿਹੜਾ ਮਾਹੌਲ ਆ ਉਹ ਕਿੱਦਾਂ ਦਾ ਬਣਿਆ ਹੋਇਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸਕਰੀਨ ਵੀ ਪੂਰੀ ਵੱਡੀ ਲੱਗੀ ਹੋਈ, ਪੂਰੀ ਘੈਂਟ ਆ। ਅਤੇ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਵੀ ਜਿਹੜੇ ਆਪਾਂ ਨੂੰ ਸਾਹਮਣੇ ਵਿੰਡੋ ਹੈਗੀ ਆ, ਜਿਹੜੇ ਆਪਾਂ ਨੂੰ ਇਹ ਮਿਰਰ ਫਿਕਸ ਕੀਤਾ ਹੋਇਆ, ਜੋ ਇੱਥੋਂ ਦਾ ਵਿਊ ਆਪਾਂ ਨੂੰ ਇਨਡੋਰ ਤੋਂ ਵੀ ਮਿਲ ਰਿਹਾ ਉਹ ਸਭ ਤੋਂ ਵਧੀਆ। ਲਓ ਜੀ, ਆਪਾਂ ਪ੍ਰਾਈਵੇਟ ਰੂਮ ਦੇਖਦੇ ਕਿੱਦਾਂ ਦਾ ਬਣਿਆ ਹੋਇਆ। ਤੁਸੀਂ ਇੱਥੇ 4 ਅਤੇ 4 8 ਅਤੇ 9 ਅਤੇ 10, ਤੁਸੀਂ ਕਹਿ ਲਓ ਵੀ 10 ਪਰਸਨਸ ਦੇ ਲਈ ਇੱਕ ਅਲੱਗ ਤੋਂ ਪ੍ਰਾਈਵੇਟ ਰੂਮ ਬਣਿਆ ਹੋਇਆ, ਜਿੱਥੇ ਤੁਸੀਂ ਇੱਕ ਆਪਦੀ ਪਾਰਟੀ ਕਰ ਸਕਦੇ ਹੋ, ਤੁਸੀਂ ਲੰਚ ਡਿਨਰ ਕਰ ਸਕਦੇ ਹੋ, ਅਤੇ ਆਪਣਾ ਅਲੱਗ ਤੋਂ ਕੋਈ ਇਸੇ ਟੋਪਿਕ 'ਤੇ ਡਿਸਕਸ਼ਨ ਕਰ ਸਕਦੇ ਹੋ, ਮਤਲਬ ਤੁਹਾਨੂੰ ਫੁੱਲ ਪ੍ਰਾਈਵੇਸੀ ਮਿਲੂਗੀ। ਦੇਖੋ, ਯੂਰਪੀਅਨ ਸਟਾਈਲ 'ਤੇ ਬਣਿਆ ਹੋਇਆ, ਬਹੁਤ ਹੀ ਵਧੀਆ ਆਰਕੀਟੈਕਟਰ ਨੇ ਕੰਮ ਕੀਤਾ ਹੋਇਆ। ਲਓ ਜੀ, ਆਪਣੀ ਪਹਿਲੀ ਡਿਸ਼, ਆਪਾਂ ਪੀਜ਼ਾ ਮੰਗਾਇਆ ਅਤੇ ਪੀਜ਼ਾ ਬਣ ਕੇ ਹਾਜ਼ਰ ਆ, ਜਿਹੜਾ ਕਿ ਇੱਥੋਂ ਦਾ ਫੇਮਸ ਪੀਜ਼ਾ ਹੈ, ਉਹ ਬਣ ਕੇ ਤਿਆਰ ਹੋ ਚੁੱਕਿਆ। ਅਤੇ ਆਪਾਂ ਹੁਣ ਕਰਦੇ ਹਾਂ ਟੇਸਟ, ਆ ਜਾਓ।
ਲੈ ਵੀ ਪੀਜ਼ੇ ਆਪਾਂ ਨੂੰ ਬਹੁਤ ਪਸੰਦ ਆਇਆ ਅਤੇ ਆਪਾਂ ਪੀਜ਼ੇ ਦਾ ਟੇਸਟ ਵੇਖਦੇ ਹੋਏ ਅੱਗੇ ਔਡਰ ਕਰ ਦਿੱਤਾ ਪਾਸਤੇ ਦਾ, ਅਤੇ ਪਾਸਤਾ ਵੀ ਆਪਣੇ ਸਾਹਮਣੇ ਪੇਸ਼ ਆ। ਅਤੇ ਹੁਣ ਆਪਾਂ ਜਿਹੜੇ ਆਪਾਂ ਕਹੇ ਸੀਗੇ ਵੀ 3 ਡਰਿੰਕਸ ਬਣਾਉਣੇ ਆ ਪੂਰੇ ਘੈਂਟ ਵਾਲੇ, ਅਤੇ ਆਪਾਂ ਜਿਹੜਾ ਆਪਣਾ ਬਾਰਟੈਂਡਰ ਅੱਜ ਦਾ ਆਪਾਂ ਉਹਦੇ ਨਾਲ ਗੱਲ ਕੀਤੀ ਆ ਅਤੇ ਉਹ ਪੂਰੇ ਘੈਂਟ ਵਾਲੇ ਡਰਿੰਕਸ ਆਪਾਂ ਨੂੰ ਬਣਾ ਕੇ ਦੇਊਗਾ, ਅਤੇ ਇਹਦਾ ਨਾਮ ਆਈ ਥਿੰਕ ਸੋ ਆਪਣੇ ਦਾ ਬਾਈ ਦਾ ਸਨੀ ਆ। ਅਤੇ ਆਪਾਂ ਗੱਲਬਾਤ ਕੀਤੀ, ਆਪਾਂ ਨੂੰ ਬਹੁਤ ਹੀ ਵਧੀਆ ਲੱਗਾ, ਬਹੁਤ ਵਧੀਆ ਇਨਸਾਨ ਆ, ਅਤੇ ਖਾਸ ਕਰ ਡਰਿੰਕਸ ਦੇ ਵਿੱਚ ਓਨਾ ਹੀ ਇਹਦਾ ਹੱਥ ਵਧੀਆ, ਹਰ ਚੀਜ਼ ਨੂੰ ਇੰਨਾ ਕੁ ਮਾਪ ਤੋਲ ਕੇ ਪਾਉਂਦਾ ਹੈਗਾ ਕਿ ਡਰਿੰਕਸ ਬਹੁਤ ਵਧੀਆ ਬਣਾਉਂਦਾ। ਅਤੇ ਜਿਵੇਂ ਆਪਾਂ ਹੁਣ ਤੱਕ ਵੇਖਿਆ ਸੀਗਾ ਸੁਣਿਆ ਸੀ ਵੀ ਬਹੁਤ ਵਧੀਆ, ਅਤੇ ਅੱਜ ਆਪਾਂ ਡਰਿੰਕਸ ਟੇਸਟ ਕਰਕੇ ਦੱਸਾਂਗੇ ਕਿੱਦਾਂ ਦੇ ਬਣੇ ਆ। ਅੱਜ ਆਪਾਂ ਕਈ ਸਨੀ ਦੇ ਉੱਤੇ ਜਿਹੜਾ ਵਿਸ਼ਵਾਸ ਆ ਉਹ ਨਹੀਂ ਕਰਨਾ, ਅਤੇ ਅੱਜ ਆਪਾਂ ਆਪ ਖੁਦ ਟੇਸਟ ਕਰਕੇ ਫਿਰ ਦੱਸਾਂਗੇ ਕਿਵੇਂ ਬਣਿਆ ਕੰਮ। ਲਓ ਜੀ ਆਪਣਾ ਪਹਿਲਾ ਡਰਿੰਕ ਬਣ ਚੁੱਕਿਆ ਹੈ। ਅਤੇ ਰੀਫਿਲ ਕੀਤਾ ਜਾ ਰਿਹਾ। ਲਓ ਜੀ ਆਪਣਾ ਸੈਕਿੰਡ ਡਰਿੰਕ ਦੀ ਟਰਨ ਆ ਚੁੱਕੀ ਆ, ਤਾਂ ਹੁਣ ਆਪਾਂ ਦੇਖਦੇ ਹਾਂ ਸੈਕਿੰਡ ਡਰਿੰਕ ਕਿਹੋ ਜਿਹਾ ਬਣਦਾ। ਆਪਾਂ ਅੱਜ 3 ਡਰਿੰਕਸ ਬਣਾਉਣੇ ਆ ਅਤੇ ਤਿੰਨਾਂ ਦਾ ਟੇਸਟ ਕਰਨਾ। ਲਓ ਜੀ ਆਪਣਾ ਤੀਜੀ ਡਿਸ਼ ਵੀ ਜਿਹੜੀ ਬਣ ਕੇ ਤਿਆਰ ਹੋ ਗਈ, ਅਤੇ ਨਾਲ ਦੀ ਨਾਲ ਆਪਾਂ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਜਿਹੜੇ ਡਰਿੰਕਸ ਆ ਉਹ ਵੀ ਬਣ ਕੇ ਤਿਆਰ ਹੋ ਚੁੱਕੇ ਹੈਗੇ, ਅਤੇ ਆਪਾਂ ਇਹਨਾਂ ਨੂੰ ਕਰਾਂਗੇ ਹੁਣ ਇੰਜੋਏ, ਦੇਖਾਂਗੇ ਕਿੱਦਾਂ ਦਾ ਮਾਹੌਲ ਬਣਦਾ ਅਤੇ ਕਿੱਦਾਂ ਦੇ ਡਰਿੰਕਸ ਬਣਾਏ ਗਏ ਆ। ਲੈ ਵੀ ਜਿਹੜੀ ਪ੍ਰੈਪਰੇਸ਼ਨ ਆ ਬਹੁਤ ਤੱਕੜਾ, ਬਹੁਤ ਘੈਂਟ ਆ। ਲਓ ਜੀ ਵਾਰੀ ਆ ਗਈ ਆਪਣੇ ਥਰਡ ਡਰਿੰਕ ਦੀ, ਥਰਡ ਡਰਿੰਕ ਵੀ ਆਪਣਾ ਬਣ ਕੇ ਤਿਆਰ ਹੋ ਚੁੱਕਿਆ, ਅਤੇ ਆਪਾਂ ਇਹਨਾਂ ਨੂੰ ਇੱਕ ਵਾਰੀ ਲਿਜਾਂਦੇ ਹਾਂ ਟੇਬਲ 'ਤੇ, ਅਤੇ ਉਸ ਤੋਂ ਬਾਅਦ ਦੇਖਦੇ ਹਾਂ ਵੀ ਕਿਹਨੇ ਕਿਹੜਾ ਡਰਿੰਕ ਪੀਣਾ। ਲਓ ਜੀ ਤਿੰਨੋਂ ਡਰਿੰਕਸ ਆਪਣੇ ਬਣ ਕੇ ਰੈਡੀ ਹੋ ਚੁੱਕੇ ਆ। ਯੈਸ ਥੈਂਕ ਯੂ।
ਤੇ ਆਪਾਂ ਹੁਣ ਟੇਬਲ ਤੇ ਸਰਵ ਹੋ ਰਹੇ ਆ ਤੇ ਆਪਾਂ ਹੁਣ ਇਹਨਾਂ ਦਾ ਕਰਾਂਗੇ ਦੁਬਾਰਾ ਟੇਸਟ। ਪਰ ਜਿੱਦਾਂ ਦੇ ਡਰਿੰਕਸ ਬਣੇ ਆ ਮੈਨੂੰ ਇੱਦਾਂ ਹੀ ਲੱਗ ਰਿਹਾ ਵੀ ਇਹ ਬਹੁਤ ਹੀ ਘੈਂਟ ਬਣੇ ਹੋਣਗੇ ਤੇ ਇਹੋ ਜਿਹਾ ਟੇਸਟ ਆਪਾਂ ਪਹਿਲਾਂ ਕਦੇ ਨਹੀਂ ਕੀਤਾ ਹੋਣਾ। ਬਾਕੀ ਚਲੋ ਫਰੈਂਡਸ ਨੇ ਮੇਰੇ ਨੇ ਕੀਤਾ ਹੋਵੇ ਨਾਲ ਦਿਆਂ ਨੇ ਤਾਂ ਕਹਿ ਨਹੀਂ ਸਕਦਾ, ਬਟ ਮੈਂ ਫਸਟ ਪਰਸਨ ਆ ਜਿਹਨੇ ਇਹੋ ਜਿਹਾ ਡਰਿੰਕ ਦਾ ਜਿਹੜਾ ਇਦੋਂ ਪਹਿਲਾਂ ਨਹੀਂ ਕੀਤਾ। ਲਓ ਜੀ ਆਪਾਂ ਆਪਣਾ ਫੂਡ ਇੰਜੋਏ ਕਰਨ ਤੋਂ ਬਾਅਦ ਆ ਜਾਓ ਆਪਾਂ ਚੱਲਦੇ ਹਾਂ ਹੁਣ ਉੱਪਰਲੇ ਸੈਕਸ਼ਨ ਵੱਲ ਅਪ ਸਟੇਅਰਸ। ਉੱਪਰ ਵੀ ਜਿਹੜਾ ਬਹੁਤ ਹੀ ਵਧੀਆ ਰਿਜ਼ੋਰਟ ਬਣਿਆ ਹੋਇਆ ਹੈ ਅਤੇ ਇਹਦਾ ਉੱਪਰਲਾ ਸੈਕਸ਼ਨ ਜਿਹੜਾ ਉਹ ਮੈਂ ਬਹੁਤ ਹੀ ਪਸੰਦ ਕਰਦਾ ਹੈਗਾ। ਅਤੇ ਜੇ ਆਪਾਂ ਫੂਡ ਬਾਰੇ ਪਹਿਲਾਂ ਗੱਲ ਕਰਦੇ ਤਾਂ ਫੂਡ ਬਹੁਤ ਹੀ ਸਵਾਦਿਸ਼ਟ ਸੀਗਾ, ਬਹੁਤ ਵਧੀਆ ਫੂਡ ਸੀ, ਫੂਡ ਕੁਆਲਿਟੀ ਬਹੁਤ ਨਾਈਸ ਸੀ। ਅਤੇ ਲਓ ਜੀ ਆ ਜਾਓ ਆਪਾਂ ਉੱਪਰ ਪਹੁੰਚ ਚੁੱਕੇ ਹੈਗੇ ਅਤੇ ਆ ਜਾਓ ਤੁਹਾਡੇ ਨਾਲ ਉੱਪਰਲਾ ਸੈਕਸ਼ਨ ਆ ਜਿਹੜਾ ਉਹ ਸਾਂਝਾ ਕਰਦੇ ਹਾਂ ਅਤੇ ਆਈ ਹੋਪ ਸੋ ਤੁਹਾਨੂੰ ਇਹ ਬਹੁਤ ਪਸੰਦ ਆਊਗਾ। ਜਿਹੜੇ ਕਲਰ ਕੋਂਬੀਨੇਸ਼ਨ ਆ ਉਹ ਬਹੁਤ ਸੋਹਣਾ ਹੈਗਾ ਅਤੇ ਜੇ ਆਪਾਂ ਸਿਟਿੰਗ ਅਰੇਂਜਮੈਂਟ ਵੇਖਦੇ ਹਾਂ ਤਾਂ ਉਹ ਵੀ ਬਹੁਤ ਵਧੀਆ ਅਤੇ ਸਾਹਮਣੇ ਆਪਾਂ ਦੇਖ ਰਹੇ ਹਾਂ ਲਾਈਵ ਸਟੇਜ ਜਿੱਥੇ ਲਾਈਵ ਪ੍ਰੋਗਰਾਮ ਵਗੈਰਾ ਲੱਗਦੇ ਨੇ। ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਨੂੰ ਚੱਲਦੇ ਹਾਂ, ਆ ਜਾਓ ਦੇਖਦੇ ਹਾਂ ਉੱਧਰ ਕੀ ਆ। ਇਹ ਉੱਪਰਲੇ ਪਾਸੇ ਬਾਰ ਆ ਚੁੱਕੀ ਹੈਗੀ ਅਤੇ ਆਪਾਂ ਬਾਰ 'ਚ ਵੀ ਕਰਦੇ ਹਾਂ ਇੰਜੋਏ। ਹੋਰ ਗੱਲਾਂ ਦੀਆਂ ਗੱਲਾਂ ਜੇ ਮੈਂ ਤੁਹਾਨੂੰ ਦਿਲ ਦੀ ਦੱਸਾਂ ਨਾ ਤਾਂ ਮੈਂ ਨੁਮੀ ਤੋਂ ਜਿਹੜਾ ਬਾਹਰ ਦਾ ਵਿਊ ਦੇਖਿਆ ਹੈਗਾ ਉਹ ਲੁਧਿਆਣੇ ਦੇ ਸਾਰੇ ਕੈਫੇਸ ਨਾਲੋਂ ਬੈਸਟ ਆ। ਮਤਲਬ ਜੋ ਨੁਮੀ ਦੇ ਉੱਪਰੋਂ ਬਾਹਰ ਦਾ ਵਿਊ ਦਿੰਦਾ, ਕਨਾਲ ਰੋਡ ਦਿੰਦਾ ਹੈਗਾ, ਨਹਿਰ ਦਿੰਦੀ ਆ, ਹਰੇਵਾਈ ਦਿੰਦੀ ਆ, ਖੇਤ ਦਿੰਦੇ ਆ, ਜੋ ਕੁਝ ਆਪਾਂ ਨੂੰ ਉੱਪਰੋਂ ਦਿਸਦਾ, ਜੋ ਵਿਊਜ਼ ਆਪਾਂ ਨੂੰ ਉੱਪਰੋਂ ਵੇਖਣ ਨੂੰ ਮਿਲਦੇ ਆ ਤਾਂ ਉਹ ਸਾਰਿਆਂ ਨਾਲੋਂ ਆਪਾਂ ਗੱਲ ਕਰੀਏ ਤਾਂ ਨੁਮੀ ਬੈਸਟ ਆ। ਆ ਜਾਓ ਆਪਾਂ ਉੱਪਰੋਂ ਵੀ ਵਿਊ ਜਿਹੜਾ ਥੱਲੇ ਦਾ ਦੇਖਦੇ ਹਾਂ ਕਿੰਨਾ ਸੋਹਣਾ ਲੱਗ ਰਿਹਾ ਹੈਗਾ, ਟੇਬਲ ਸੈਟਿੰਗ ਵਗੈਰਾ ਕਿੰਨੀ ਵਧੀਆ। ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਵੀ ਜੇ ਆਪਾਂ ਉੱਪਰ ਦੇ ਵਿਊ ਦੇਖਦੇ ਹਾਂ, ਲਓ ਜੀ ਆਪਾਂ ਵੀ ਮੌਕਟੇਲ ਬਣਾਉਂਦੇ ਹਾਂਗੇ, ਕਰਦੇ ਹਾਂ ਟਰਾਈ। ਮੌਕਟੇਲਸ ਬਣਾ ਕੇ ਬਹੁਤ ਮਜ਼ਾ ਆਇਆ, ਬਹੁਤ ਆਨੰਦ ਆਇਆ ਅਤੇ ਆਪਾਂ ਥੋੜ੍ਹਾ ਬਹੁਤਾ ਬਾਹਰ ਮਜ਼ਾ ਲੈਂਦੇ ਹਾਂ, ਮੈਨਿਊ ਵਗੈਰਾ ਪੜ੍ਹਦੇ ਹਾਂ ਅਤੇ ਹੋਰ ਵੀ ਜੇ ਕੋਈ ਮਨ ਕਰਦਾ ਔਡਰ ਨੂੰ ਤਾਂ ਉਹ ਵੀ ਕਰਦੇ ਹਾਂ। ਯੈਸ, ਆ ਜਾਓ ਆਪਾਂ ਹੁਣ ਇੱਕ ਵਾਰ ਉੱਪਰ ਦਾ ਵਿਊ ਦੇਖਣ ਤੋਂ ਬਾਅਦ ਥੱਲੇ ਚੱਲਦੇ ਹਾਂ ਅਤੇ ਥੱਲੇ ਜਾ ਕੇ ਵੀ ਦੇਖਦੇ ਹਾਂ ਹੋਰ ਆਪਣਾ ਜੋ ਕੁਛ ਪੈਂਡਿੰਗ ਰਹਿ ਚੁੱਕਿਆ ਹੈ। ਅਤੇ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਜਿਹੜੀ ਵੀਡੀਓ ਬਹੁਤ ਪਸੰਦ ਆਊਗੀ। ਅਤੇ ਲਓ ਆਪਾਂ ਥੋੜ੍ਹੇ ਜਿਹੇ ਡਰਿੰਕਸ ਹੋਰ ਬਣਵਾਉਂਦੇ ਹੈਗੇ
ਤਾਂ ਇਹਨਾਂ ਨੇ ਕਿਹਾ ਵੀ ਸਾਡੇ ਸਪੈਸ਼ਲ ਆ ਵੀ ਇਹ ਵੀ ਆਪਾਂ ਤੁਹਾਨੂੰ ਬਣਾ ਕੇ ਵਿਖਾਉਂਦੇ ਹਾਂ ਅਤੇ ਆਪਾਂ ਇਹ ਡਰਿੰਕਸ ਵੀ ਇੰਜੋਏ ਕਰਾਂਗੇ ਅਤੇ ਆ ਜਾਓ ਦੇਖਦੇ ਹਾਂਗੇ ਕਿੱਦਾਂ ਦੇ ਬਣਨਗੇ। ਖੈਰ ਬਾਰਟੈਂਡਰ ਮੁੰਡੇ ਦੀ ਆਪਾਂ ਨੂੰ ਬਹੁਤ ਸਿਫਤ ਕਰਨੀ ਬਣਦੀ ਹੈਗੀ, ਇਹਨੇ ਬਹੁਤ ਸੋਹਣੇ ਸੋਹਣੇ ਡਰਿੰਕਸ ਅੱਜ ਬਣਾ ਕੇ ਪਿਆਏ ਹੈਗੇ ਅਤੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਆਪਾਂ ਨੂੰ ਗਾਂਹ ਤੋਂ ਬਾਕੀ ਕੈਫੇ ਬੰਦ ਕਰਕੇ ਇੱਥੇ ਹੀ ਆਉਣਾ ਪਿਆ ਕਰਨਾ। ਹਰ ਚੀਜ਼ ਨੂੰ ਬੜਾ ਮਾਪ ਤੋਲ ਕੇ ਪਾਇਆ ਗਿਆ ਹੈ। ਹਰ ਡਰਿੰਕ ਦੇ ਵਿੱਚ ਇੱਕ ਅਲੱਗ ਹੀ ਮਜ਼ਾ ਸੀਗਾ, ਹਰ ਡਰਿੰਕ ਦੇ ਵਿੱਚ ਇੱਕ ਅਲੱਗ ਹੀ ਟੇਸਟ ਸੀਗਾ ਅਤੇ ਜਿਹੜਾ ਕਿ ਤੁਹਾਨੂੰ ਦਰਸਾਉਂਦਾ ਸੀਗਾ ਵੀ ਇਹਦੇ ਵਿੱਚ ਆਹ ਚੀਜ਼ ਦੀ ਸਪੈਸ਼ਲਿਟੀ ਦਿੱਤੀ ਗਈ ਆ। ਆਈ ਹੋਪ ਸੋ ਤੁਸੀਂ ਵੇਖ ਕੇ ਹੀ ਆਨੰਦ ਲੈ ਰਹੇ ਹੋਵੋਗੇ ਵੀ ਹਾਂ ਕਿੰਨੇ ਵਧੀਆ ਬਣਾਏ ਜਾ ਰਹੇ ਆ ਅਤੇ ਕਿੰਨੀ ਵਧੀਆ ਪ੍ਰੈਪਰੇਸ਼ਨ ਆ ਅਤੇ ਓਨਾ ਹੀ ਵਧੀਆ ਇਹਨਾਂ ਦਾ ਟੇਸਟ ਵੀ ਹੋਊਗਾ। ਜਿਵੇਂ ਕਹਿੰਦੇ ਹੁੰਦੇ ਤਿੰਨ ਰੰਗ ਨਹੀਂ ਲੱਭਣੇ ਅਤੇ ਉਵੇਂ ਤਿੰਨ ਰੰਗ ਅਲੱਗ ਅਲੱਗ ਆਪਾਂ ਬਣਾ ਲਏ ਹੈਗੇ ਅਤੇ ਹਾਂ ਆਈ ਹੋਪ ਸੋ ਅੱਧੇ ਘੰਟੇ ਬਾਅਦ ਤਾਂ ਵਾਕਈ ਨਹੀਂ ਲੱਭਣੇ। ਆਪਾਂ ਕਰ ਦੇਣੇ ਹੈਗੇ ਖਤਮ। ਲਓ ਵੀ ਡਰਿੰਕਸ ਆਪਣੇ ਬਣ ਕੇ ਤਿਆਰ ਨੇ, ਕਿਆ ਬਾਤ ਆ। ਲੈ ਵੀ ਹੁਣ ਥੋੜ੍ਹਾ ਜਾਦੂ ਕਰਨਾ। ਯੈਸ, ਦੂਜਾ ਜਾਦੂ, ਇਹ ਤੀਜਾ ਜਾਦੂ। ਯੈਸ, ਇਹਨੂੰ ਕਹਿੰਦੇ ਚੁਟਕੀ ਦਾ ਖੇਡ। ਥੈਂਕ ਯੂ। ਲੈ ਵੀ ਹੁਣ ਮੇਰੀ ਤੁਹਾਡੇ ਸਾਰਿਆਂ ਨੂੰ ਰਿਕੁਐਸਟ ਹੈਗੀ, ਜੇ ਵੀਡੀਓ ਵਧੀਆ ਲੱਗੀ ਤਾਂ ਉਹਨੂੰ ਸ਼ੇਅਰ ਜ਼ਰੂਰ ਕਰਿਓ, ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਾਇੰਡਲੀ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਦੇ ਲਈ। ਚਲੋ ਮਿਲਦੇ ਹਾਂ ਜਲਦੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।